eBay ਤੇ ਘਰ ਤੋਂ ਬੈਠ ਕੇ ਕੰਮ ਕਰਨ ਦੇ ਲਈ ਜੌਬ ਅਪਲਾਈ ਕਿਵੇਂ ਕਰਨਾ ਪੂਰੀ ਵੀਡੀਓ ਦੇਖ ਲਿਓ ਤੇ ਇਸ ਤਰ੍ਹਾਂ ਕਾਪੀ ਪੇਸਟ ਕਰਕੇ ਤੁਸੀਂ ਜੌਬ ਲਈ ਅਪਲਾਈ ਕਰ ਸਕਦੇ ਆ ਜੇ ਤੁਹਾਨੂੰ ਜੌਬ ਮਿਲ ਜਾਂਦੀ ਹੈ ਤੇ ਉਸ ਦੇ ਵਿੱਚ ਪੂਰਾ ਕ੍ਰਾਈਟੇਰੀਆ ਲਿਖਿਆ ਹੁੰਦਾ ਕਿੰਨੇ ਪੈਸੇ ਤੁਹਾਨੂੰ ਮਿਲਣਗੇ ਕਿੰਨੀਆਂ ਛੁੱਟੀਆਂ ਹੋਣੀਆਂ ਸਾਰਾ ਕੁਝ ਤੁਸੀਂ ਦੇਖ ਕੇ ਅਪਲਾਈ ਕਰ ਸਕਦੇ ਆ ਉਸ ਤੋਂ ਇਲਾਵਾ eBay ਦੀ ਡ੍ਰੌਪਸ਼ਿਪਿੰਗ ਕਰਕੇ ਜੇ ਤੁਸੀਂ ਘਰ ਤੋਂ ਪੈਸੇ ਬਣਾਉਣਾ ਚਾਹੁੰਦੇ ਆ ਥੋੜੇ ਥੋੜੇ ਆ ਪੈਸਿਆਂ ਤੋਂ ਤੁਸੀਂ ਸਟਾਰਟ ਕਰ ਸਕਦੇ ਆ ਇਸ ਦੇ ਲਈ ਤੁਹਾਨੂੰ ਕਿਸੇ ਪੈਸੇ ਦੀ ਜ਼ਰੂਰਤ ਨਹੀਂ ਜਿਵੇਂ ਕਿ ਇਹ ਇੱਕ ਹਫਤੇ ਦੇ ਵਿੱਚ 100 ਯੂਰੋ ਇਹਦੇ ਤੇ ਬਣਿਆ ਟੋਟਲੀ ਨਿਊ ਦਿਖਾ ਲਦਣਾ ਇਸ ਦੇ ਵਿੱਚ 8687 ਯੂਰੋ ਬਣ ਚੁੱਕੇ ਨੇ ਤੁਸੀਂ ਵੀ ਆਪਣੇ ਏਸੀ ਤਰ੍ਹਾਂ ਹੀ ਬਣਾ ਸਕਦੇ ਆ ਉਸ ਤੋਂ ਇਲਾਵਾ ਜੇ ਐਚੀ ਦੇ ਉੱਤੇ ਤੁਸੀਂ ਪੈਸਾ ਬਣਾਉਣਾ ਚਾਹੁੰਦੇ ਆ ਡ੍ਰੌਪ ਸ਼ਿਪਿੰਗ ਕਰਕੇ ਜਿਵੇਂ ਕਿ ਇੱਥੇ ਦੇਖ ਸਕਦੇ ਆ 12 13 ਦਿਨਾਂ ਦੇ ਵਿੱਚ ਅਪਰੋਕਸੀਮੇਟਲੀ 1000 ਯੂਰੋ ਬਣਿਆ ਜੇ ਪਿਛਲੇ 2 ਤੋਂ 3 ਮਹੀਨਿਆਂ ਦਾ ਦੇਖਿਆ ਜਾਵੇ 10000 ਯੂਰੋ ਤੋਂ ਜ਼ਿਆਦਾ ਮੈਂ ਬਣਾਇਆ ਹੋਇਆ ਇਹਨੂੰ ਰੀਫਰੈਸ਼ ਵੀ ਕਰ ਦਿੰਨਾ ਵੈਸੇ ਰੀਫਰੈਸ਼ ਹੀ ਚੱਲ ਰਿਹਾ ਪੇਜ ਇਹ ਤੇ ਸਾਰੀ ਅਮਾਉਂਟ ਤੁਹਾਨੂੰ ਇੱਥੇ ਦਿਖੇਗੀ ਇਸ ਤਰ੍ਹਾਂ ਜੇ ਤੁਸੀਂ ਡ੍ਰੌਪਸ਼ਿਪਿੰਗ ਕਰਨਾ ਚਾਹੁੰਦੇ ਆ ਜਾਂ ਤੁਹਾਡੇ ਕੋਈ ਸੁਭਾਅ ਆ ਤਾਂ ਇੰਸਟਾਗ੍ਰam ਮੇਰਾ ਥੱਲੇ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਆ ਡ੍ਰੌਪਸ਼ਿਪਿੰਗ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਸਾਰਾ ਕੁਝ ਮੇਰੇ ਮਤਲਬ ਕਿ ਇਹ ਸਟਾਰਟਿੰਗ ਵਾਲੇ ਸਟੋਰ ਨੇ ਉਸ ਤੋਂ ਬਾਅਦ ਹੁਣ ਜੌਬ ਅਪਲਾਈ ਕਿਵੇਂ ਕਰਨਾ ਉਹਦੇ ਲਈ ਆਪਣੇ eBay ਤੇ ਜਾਣਾ ਉਸ ਤੋਂ ਬਾਅਦ ਸਭ ਤੋਂ ਥੱਲੇ ਸਕਰੋਲ ਕਰਕੇ ਚਲ ਜਾਣਾ ਉਸ ਤੋਂ ਬਾਅਦ ਇੱਥੇ ਲਿਖਿਆ ਹੋਇਆ eBay ਦਾ ਕੈਰੀਅਰ ਇੱਥੇ ਤੁਸੀਂ ਕਲਿੱਕ ਕਰਨਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਵਾਲਾ ਪੇਜ ਓਪਨ ਹੋ ਜਾਏਗਾ ਜਿਸ ਦੇ ਵਿੱਚ ਤੁਸੀਂ ਲੋਕੇਸ਼ਨ ਵਾਈਜ਼ ਜੌਬ ਫਾਊਂਡ ਕਰ ਸਕਦੇ ਆ ਇਹਨਾਂ ਦੀਆਂ ਆਪਣੀਆਂ ਜੌਬਸ ਨੇ ਜੇ ਤੁਸੀਂ ਸਰਚ ਕਰਨਾ ਕੋਈ ਸੇਵ ਕਰਨੀਆਂ ਸਾਰੀਆਂ ਜੌਬਸ ਇੱਥੇ ਆ ਗਈਆਂ ਨੇ ਐਗਜ਼ਾਮਪਲ ਦੇ ਤੌਰ ਤੇ ਕੈਰੀਅਰ ਦੇ ਵਿੱਚ ਇੱਥੇ ਤੁਸੀਂ ਆਪਣੀ ਲੋਕੇਸ਼ਨ ਵੀ ਦੇਖ ਸਕਦੇ ਆ ਪਰ ਜੇ ਤੁਸੀਂ ਦੇਖਣਾ ਚਾਹੁੰਦੇ ਆ ਨਾਰਥ ਅਮਰੀਕਾ ਵਾਲਾ ਜੌਬ ਜਿਹੜੀਆਂ 165 ਨੇ ਪੂਰੇ ਯੂਰਪ ਦੇ ਵਿੱਚ 63 ਜੋਬਸ ਓਪਨ ਨੇ ਅਜੇ ਵੀ ਜੇ ਤੁਸੀਂ ਏਸ਼ੀਆ ਤੋਂ ਕਿਤੇ ਹੋ ਵੀ ਇੰਡੀਆ ਉਧਰੋਂ ਕਿਤੇ ਉਹ ਦੇਖਦੇ ਆਂ ਪਾਕਿਸਤਾਨ ਤੋਂ ਉੱਥੇ ਵੀ 27 ਜੋਬਸ ਇਹਨਾਂ ਦੀਆਂ ਹੈਗੀਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖ ਸਕਦੇ ਆਂ ਇੱਥੇ ਇਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਕਿ ਕਿਸ ਤਰ੍ਹਾਂ ਤੁਸੀਂ ਸਾਡੇ ਨਾਲ ਵਰਕ ਕਰ ਸਕਦੇ ਆਂ ਕਿਹੜੀਆਂ ਜੋਬਸ ਆ ਲੋਕੇਸ਼ਨ ਵਾਈਜ਼ ਕੈਟਾਗਰੀਜ਼ ਵਾਈਜ਼ ਵੀ ਤੁਸੀਂ ਦੇਖ ਸਕਦੇ ਆਂ ਬਾਕੀ ਇਹਨਾਂ ਨੇ ਕਲਚਰ ਵੀ ਦੱਸਿਆ ਹੋਇਆ ਤੇ ਇਹਨਾਂ ਨੂੰ ਕਿਹੜੇ-ਕਿਹੜੇ ਬੰਦਿਆਂ ਦੀ ਜ਼ਰੂਰਤ ਆ ਕੀ-ਕੀ ਇਹਨਾਂ ਦੇ ਬੈਨੀਫਿਟ ਆ ਸਾਰਾ ਕੁਝ ਤੁਸੀਂ ਇੱਥੇ ਪਹਿਲਾਂ ਪੜ੍ਹ ਵੀ ਸਕਦੇ ਆਂ ਜੇ ਤੁਸੀਂ ਦੇਖਣਾ ਹੋਵੇ ਤੁਸੀਂ ਕਲਿੱਕ ਕਰਕੇ ਯੂਰਪ ਤੇ ਜਾ ਸਕਦੇ ਆ ਉਸ ਤੋਂ ਬਾਅਦ ਆਪਾਂ ਲੋਕੇਸ਼ਨ ਵਾਈਜ਼ ਹੁਣ ਜੋਬ ਫਾਈਂਡ ਕਰਦੇ ਆ ਉੱਪਰ ਮੈਂ ਲਿਖਿਆ ਯੂ ਐਸ ਏ ਯੂ ਐਸ ਏ ਦੇ ਵਿੱਚ 162 ਜੋਬਸ ਹੈਗੀਆਂ ਜਿਵੇਂ ਕਿ ਥੱਲੇ ਵੀ ਸੀਗੀਆਂ ਉਸ ਤੋਂ ਬਾਅਦ ਇਸ ਤੇ ਕਲਿੱਕ ਕਰਨਾ ਤੁਸੀਂ ਜਿਸ ਮਾਜੀ ਕੰਟਰੀ ਦੇ ਵਿੱਚ ਜੋਬ ਇਹਨਾਂ ਦੇ ਨਾਲ ਕਰ ਸਕਦੇ ਆ ਇੱਕ ਘਰ ਤੋਂ ਬੈਠ ਕੇ ਜੋਬ ਆ ਰਿਮੋਟ ਜੋਬ ਆ ਜਿਸ ਮਾਜੀ ਕੰਟਰੀ 'ਚ ਤੁਸੀਂ ਰਹਿੰਦੇ ਆ ਜਿੱਥੇ ਵੀ ਤੁਹਾਨੂੰ ਜੋਬ ਮਿਲਦੀ ਆ ਤੁਸੀਂ ਕਰ ਸਕਦੇ ਆ ਇਸ ਕਰਕੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਕਿੰਨੀਆਂ ਜੋਬਸ ਆਣੀਆਂ ਜਿਵੇਂ ਕਿ ਇੰਜੀਨੀਅਰਿੰਗ ਦੀ ਜੋਬ ਆ ਕਮਿਊਨੀਕੇਸ਼ਨ ਦੀ ਆ ਉਸ ਤੋਂ ਬਾਅਦ ਹੋਰ ਕਮਿਊਨੀਕੇਸ਼ਨ ਦੀ ਆ ਪਰ ਜ਼ਿਆਦਾਤਰ ਹੋਮ ਜੋ ਥੋੜੀ ਕੋ ਸਕਿੱਲ ਹੈਗੀ ਆ ਕੋਈ ਇਸ ਰਿਲੇਟਡ ਫਿਰ ਤਾਂ ਤੁਸੀਂ ਉਹ ਜੋਬ ਅਪਲਾਈ ਕਰ ਸਕਦੇ ਆ ਨਹੀਂ ਤਾਂ ਤੁਸੀਂ ਕਸਟਮਰ ਕੇਅਰ ਦੀ ਜੋਬ ਅਪਲਾਈ ਕਰ ਸਕਦੇ ਆ ਜੋ ਕਿ ਤੁਸੀਂ ਆਪਣੇ ਲੈਪਟਾਪ ਤੋਂ ਜਾਂ ਇੰਟਰਨੈਟ ਤੁਹਾਡੇ ਤੋਂ ਹੈ ਤੇ ਘਰ ਤੋਂ ਬਹਿ ਕੇ ਕਰ ਸਕਦੇ ਆ ਐਗਜ਼ਾਮਪਲ ਦੇ ਤੌਰ ਤੇ ਕੋਈ ਨਾ ਕੋਈ ਆਪਾਂ ਇੱਥੇ ਦੇਖਦੇ ਆ ਜੇ ਇੱਥੇ ਸਾਨੂੰ ਕਸਟਮਰ ਸਰਵਿਸ ਵਾਲੀ ਜੋਬ ਮਿਲ ਜਾਂਦੀ ਆ ਉਸ ਦੇ ਲਈ ਅਪਲਾਈ ਕਰਨ ਦੇ ਲਈ ਜਾਵਾਂਗੇ ਵੈਸੇ ਤੁਸੀਂ ਉੱਪਰ ਸਰਚ ਕਰਕੇ ਵੀ ਦੇਖ ਸਕਦੇ ਆ ਜੇ ਕਸਟਮਰ ਕੇਅਰ ਦੀ ਸਰਵਿਸ ਕਰਨੀ ਹੋਵੇ ਹੁਣ ਜਿਵੇਂ ਇਹ ਦੇਖ ਸਕਦੇ ਆ ਰਿਮੋਟ ਜੋਬਸ ਆ ਉਸ ਤੋਂ ਬਾਅਦ ਇਹਦੇ ਤੇ ਕਲਿੱਕ ਕਰਾਂਗੇ ਕਸਟਮਰ ਸਰਵਿਸ ਆ ਇਹਨੂੰ ਅਪਲਾਈ ਕਰਨ ਦੇ ਲਈ ਇਹਦੇ ਤੇ ਕਲਿੱਕ ਕਰੋ ਉਸ ਤੋਂ ਡੈਕਟ ਸਿੱਧਾ ਅਪਲਾਈ ਕਰਨ ਦੇ ਲਈ ਇੱਥੇ ਜੌਬ ਆ ਜਾਂਦੀ ਆ ਉਸ ਤੋਂ ਬਾਅਦ ਜਾਰਜੀਆ ਦੇ ਵਿੱਚ ਇਹ ਜੌਬ ਆ ਕਸਟਮਰ ਸਰਵਿਸ ਦੀ ਜੌਬ ਆ ਰਿਮੋਟ ਜੌਬ ਆ ਮਤਲਬ ਕਿ ਕੋਈ ਇਸ਼ੂ ਨਹੀਂ ਹੈਗਾ ਉਸ ਤੋਂ ਪਹਿਲਾਂ ਇੱਥੇ ਅਸੀਂ ਪੜ੍ਹਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਹੂ ਵੀ ਆਰ ਮਤਲਬ ਕਿ ਉਹਨਾਂ ਨੇ ਆਪਣੇ ਬਾਰੇ ਦੇ ਵਿੱਚ ਲਿਖਿਆ ਹੋਇਆ ਪਹਿਲਾ ਪੂਰਾ ਡਿਟੇਲ ਦੇ ਵਿੱਚ ਕਿ ਕਿੱਥੇ ਕਿੱਥੇ ਜੌਬ ਆ ਜਾਂ ਕੀ ਕੀ ਉਹਨਾਂ ਦਾ ਕ੍ਰਾਈਟੇਰੀਆ ਆ ਕਸਟਮਰ ਸਰਵਿਸ ਦਾ ਉਸ ਤੋਂ ਬਾਅਦ ਯੂ ਵਿਲ ਮਤਲਬ ਕਿ ਤੁਹਾਡੇ ਬਾਰੇ ਵਿੱਚ ਲਿਖਿਆ ਹੋਇਆ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਆ ਤੁਹਾਡੀ ਆਈਡੈਂਟੀਟੀ ਕਲੀਅਰ ਹੋਣੀ ਚਾਹੀਦੀ ਆ ਤੁਹਾਨੂੰ ਥੋੜੀ-ਬਹੁਤ ਇੰਗਲਿਸ਼ ਆਉਣੀ ਹੋਣੀ ਚਾਹੀਦੀ ਆ ਤਾਂ ਕਿ ਤੁਸੀਂ ਹਰ ਇੱਕ ਕਿਸੇ ਦੇ ਨਾਲ ਗੱਲਬਾਤ ਕਰ ਸਕੋ ਉਸ ਤੋਂ ਬਾਅਦ ਈਬੇ ਦੀ سپورਟ ਦੇ ਵਿੱਚ ਕਸਟਮਰ سپورਟ ਦੇ ਵਿੱਚ ਤੁਸੀਂ ਕੰਮ ਕਰ ਸਕੋ ਉਸ ਤੋਂ ਬਾਅਦ ਇਹਦੇ ਵਿੱਚ ਕੰਮ ਕਿਵੇਂ ਹੋਵੇਗਾ ਜ ਟਾਈਮਿੰਗ ਵੀ ਲਿਖੀ ਹੋਈ ਆ ਸਵੇਰੇ 10am ਤੋਂ ਲੈ ਕੇ 11am ਦੇ ਵਿੱਚ ਹੋਵੇਗਾ ਠੀਕ ਆ ਵਰਕਿੰਗ ਡੇ ਸੈਚਰਡੇ ਸੰਡੇ ਹੋਵੇਗਾ ਉਸ ਤੋਂ ਬਾਅਦ ਹਾਰਡ ਵਰਕਿੰਗ ਤੁਸੀਂ ਹੋਣੇ ਚਾਹੀਦੇ ਆ ਠੀਕ ਆ ਤੁਸੀਂ ਹਰ ਇੱਕ ਦੇ ਨਾਲ ਗੱਲਬਾਤ ਕਰ ਸਕਦੇ ਹੋਣੇ ਚਾਹੀਦੇ ਆ ਤੁਸੀਂ ਸਪੋਰਟ ਕਰਦੇ ਹੋਣੇ ਚਾਹੀਦੇ ਆ ਤੁਹਾਡੇ ਅੰਦਰ ਐਕਸਲੈਂਟ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਆ ਜੋ ਤੁਹਾਨੂੰ ਜੌਬ ਦੇ ਲਈ ਪ੍ਰੇਰਿਤ ਕਰੇ ਮਤਲਬ ਕਿ ਤੁਸੀਂ ਜਿਆਦਾ ਤੋਂ ਜਿਆਦਾ ਕੰਮ ਕਰ ਸਕੋ ਠੀਕ ਆ ਥੋੜਾ ਬਹੁਤ ਤੁਹਾਨੂੰ ਕਲਚਰਲ ਪਤਾ ਹੋਣਾ ਚਾਹੀਦਾ ਇਦਾਂ ਦੀਆਂ ਚੀਜ਼ਾਂ ਇਹਨਾਂ ਨੇ ਇਹਦੇ ਵਿੱਚ ਲਿਖੀਆਂ ਆਉਂਦੀਆਂ ਜਦੋਂ ਵੀ ਤੁਸੀਂ ਕੋਈ ਜੌਬ ਅਪਲਾਈ ਕਰਦੇ ਆ ਹੁਣ ਇਹ ਸਾਲ ਪਲੱਸ ਤੁਹਾਡਾ ਕਸਟਮਰ ਐਕਸਪੀਰੀਅੰਸ ਮੰਗਿਆ ਪਰ ਇਹ ਮਸਟ ਨਹੀਂ ਕਿ ਤੁਸੀਂ ਜਿਹੜੀ ਇਹ ਜੌਬ ਅਪਲਾਈ ਕਰਨੀ ਆ ਹੁਣ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਜੌਬਸ ਵੀ ਆ ਜਿਹੜੀਆਂ ਨਵੇਂ ਬੰਦਿਆਂ ਦੇ ਲਈ ਆ ਟੋਟਲੀ ਉਸ ਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ ਕਿ ਕਿੰਨਾ ਐਕਸਪੀਰੀਅੰਸ ਹੋਣਾ ਚਾਹੀਦਾ ਕੀ ਸਿਸਟਮ ਹੋਣਾ ਚਾਹੀਦਾ ਤੁਸੀਂ ਈਜ਼ੀਲੀ ਉਹਨੂੰ ਅਪਲਾਈ ਕਰੋ ਜੇ ਤੁਹਾਨੂੰ ਜੌਬ ਮਿਲ ਜਾਂਦੀ ਹੈ ਤੁਸੀਂ ਘਰ ਤੋਂ ਬੈਠ ਕੇ ਇਹ ਕਰ ਸਕਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਨੇ ਲਿਖਿਆ ਵੀ ਹੋਇਆ ਈਮੋਸ਼ਨਲ ਇੰਟੈਲੀਜੈਂਟ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਡਿਜੀਟਲ ਹੋਣਾ ਚਾਹੀਦਾ ਸਾਰਾ ਕੁਝ ਤੁਹਾਨੂੰ ਸਕਿੱਲ ਹੋਣੀ ਚਾਹੀਦੀ ਆ ਠੀਕ ਹੈ ਇਸ ਤਰ ਜਾਂ ਜਾਂਦੀਆਂ ਆਲਵੇਸ ਉਸ ਤੋਂ ਬਾਅਦ ਰਿਕੁਆਇਰਮੈਂਟ ਕੀ ਹੋਣੀ ਚਾਹੀਦੀ ਹੈ ਮਸਟ ਬੀ ਲੋਕੇਟਿਡ ਇਨ ਜਾਰਜੀਆ ਮਤਲਬ ਉੱਥੋਂ ਤੁਸੀਂ ਰਹਿੰਦੇ ਹੋਣੇ ਚਾਹੀਦੇ ਆ ਪੈਚ ਚਿਲड्रन ਆਦਰ ਕੋਈ ਵੀ ਇਸ ਤਰ੍ਹਾਂ ਦੀਆਂ ਨੌਇਸਸ ਨਹੀਂ ਹੋਣੇ ਚਾਹੀਦੀ ਜਦੋਂ ਤੁਸੀਂ ਗੱਲ ਕਰਦੇ ਆ ਠੀਕ ਆ ਤੁਹਾਡੇ ਘਰ ਇੰਟਰਨੈਟ ਹੋਣਾ ਚਾਹੀਦਾ ਜਾਂ ਡੀਐਸਐਲ ਜਾਂ ਬਾਹਰਲੀਆ ਕੰਟਰੀਆਂ ਦੇ ਵਿੱਚ ਕਿਹਾ ਜਾਂਦਾ ਉਹਦੀ ਸਪੀਡ ਘੱਟ ਤੋਂ ਘੱਟ ਇੰਨੀ ਕੁ ਜ਼ਰੂਰ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਬਾਰੇ ਵਿੱਚ ਲਿਖਿਆ ਹੈ ਕਿ ਕਿੰਨੇ ਪੈਸੇ ਤੁਹਾਨੂੰ ਮਿਲਣਗੇ ਜਿਵੇਂ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਸਟਾਰਟਿੰਗ ਦੇ ਵਿੱਚ 19 ਡਾਲਰ ਜਾਂ 20 ਡਾਲਰ ਇੱਕ ਘੰਟੇ ਦੇ ਮ ਬੈਨੀਫਿਟ ਹੋਵੇਗਾ ਜੇ ਕੋਈ ਮੈਡੀਕਲ ਡੈਂਟਲ ਕੋਈ ਵੀ ਇਨਸ਼ੋਰਸ ਦੇ ਵਿੱਚ ਉਸ ਤੋਂ ਇਲਾਵਾ 16 ਡੇਸ ਪੇ ਆਫ ਕੀਤੇ ਜਾਣਗੇ ਟਾਈਮ ਦੇ ਹਿਸਾਬ ਦੇ ਨਾਲ ਬਾਕੀ ਇਹਨਾਂ ਨੇ ਹੋਰ ਟਰਮਸ ਵੀ ਲਿਖੀਆਂ ਹੋਈਆਂ 100% ਪੇ ਕਰਨਗੇ ਉਸ ਤੋਂ ਇਲਾਵਾ ਬਾਕੀ ਇਹਨਾਂ ਦੇ ਬੈਨੀਫਿਟਸ ਇਹਨਾਂ ਨੂੰ ਦਿੱਤੇ ਹੋਏ ਆ ਇਹ ਸਾਰੀਆਂ ਚੀਜ਼ਾਂ ਪੜ੍ਹ ਕੇ ਤੁਸੀਂ ਈਜ਼ਲੀ ਜੇ ਤੁਹਾਨੂੰ ਲੱਗਦਾ ਕਿ ਇਹ ਜੌਬ ਮੈਂ ਕਰ ਸਕਦਾ ਹਰ ਕੋਈ ਬੰਦੇ ਨੂੰ ਲੱਗਦਾ ਹੁੰਦਾ ਕਿ ਮੈਂ ਘੱਟੋ ਇਹ ਜੌਬ ਜ਼ਰੂਰ ਕਰ ਸਕਦਾ ਇਹਦੇ ਵਿੱਚ ਰਿਕੁਆਇਰਮੈਂਟ ਸੀ ਇਸ ਕਰਕੇ ਤੁਸੀਂ ਜ਼ਰੂਰੀ ਨਹੀਂ ਹੈਗਾ ਇਹਨੂੰ ਹੀ ਅਪਲਾਈ ਕਰਨਾ ਇਸ ਤੋਂ ਇਲਾਵਾ ਵੀ ਹੋਰ ਜਿੱਥੇ ਮਰਜ਼ੀ ਤੁਸੀਂ ਪੂਰੇ ਯੂਰਪ 'ਚ ਪੂਰੇ ਅਮਰੀਕਾ 'ਚ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਦੇ ਲਈ ਕੀ ਕਰਨਾ ਅਪਲਾਈ ਨਾ ਉਹ ਤੇ ਕਲਿੱਕ ਕਰਨਾ ਇੱਥੇ ਤੁਹਾਡੀ ਸਾਰੀ ਇਨਫੋਰਮੇਸ਼ਨ ਪੁੱਛੀ ਜਾਵੇਗੀ ਉਸ ਤੋਂ ਬਾਅਦ ਤੁਹਾਡਾ ਕੋਈ ਐਕਸਪੀਰੀਅੰਸ ਆ ਉਹ ਪੁੱਛਿਆ ਜਾਵੇਗਾ ਕੋਈ ਐਪਲੀਕੇਸ਼ਨ ਦੇ ਇਹਨਾਂ ਦੇ ਕੁਐਸਚਨਸ ਨੇ ਉਸ ਤੋਂ ਇਲਾਵਾ ਇਹਨਾਂ ਦੇ ਵੋਲੰਟਰੀ ਡਿਸਕਲੋਸਰਸ ਆ ਕੋਈ ਨਾ ਕੋਈ ਉਸ ਤੋਂ ਬਾਅਦ ਤੁਹਾਡੀ ਆਇਡੈਂਟੀਟੀ ਪੁੱਛੀ ਜਾਵੇਗੀ ਰਿਵਿਊ ਕਰਕੇ ਇਹਨਾਂ ਨੂੰ ਭੇਜ ਦਿੱਤਾ ਜਾਏਗਾ ਮੀਨਸ ਕਿ ਜਦੋਂ ਇਹ ਰਿਵਿਊ ਦੇ ਵਿੱਚ ਹੈ ਉਸ ਤੋਂ ਬਾਅਦ ਉਹ ਚੈੱਕ ਕਰਨ ਜੌਬ ਦੇ ਨਾਲ ਫਿਰ ਉਹ ਤੁਹਾਡੇ ਨਾਲ ਈਮੇਲ ਦੇ ਥਰੂ ਕੰਟੈਕਟ ਕਰਦੇ ਆ ਕਿ ਤੁਹਾਨੂੰ ਜੌਬ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਜੇ ਮਿਲ ਰਹੀ ਹੈ ਤਾਂ ਫਿਰ ਉਹ ਕਹਿੰਦੇ ਆ ਕਿ ਤੁਸੀਂ ਲੈਪਟਾਪ ਰੈਡੀ ਰੱਖਿਓ ਉਸ ਤੋਂ ਬਾਅਦ ਇੰਟਰਨੈਟ ਰੈਡੀ ਰੱਖਿਓ ਕਿੰਨੀ ਤਰੀਕ ਤੋਂ ਤੁਸੀਂ ਕਰ ਸਕਦੇ ਆ ਇਹ ਸਾਰਾ ਕੁਝ ਆਨਲਾਈਨ ਹੈ ਤੇ ਜੈਨੂਇਨ ਕੰਪਨੀਆਂ ਇੱਕ ਸੀਵੀ ਜ਼ਰੂਰ ਬਣਾ ਲਿਓ ਆਪਣਾ ਇਸ ਦੇ ਨਾਲ ਕੀ ਹੁੰਦਾ ਰੈਜ਼ਿਊਮੇ ਜਦੋਂ ਤੁਸੀਂ ਇਹਨਾਂ ਨੂੰ ਭੇਜਦੇ ਆ ਉਹਦੇ ਵਿੱਚ ਤੁਹਾਡਾ ਪੂਰਾ ਡਾਟਾ ਲਿਖਿਆ ਹੁੰਦਾ ਤੇ ਸ਼ੋਰ ਹੋ ਜਾਂਦਾ ਤੁਸੀਂ ਇੱਕ ਚੰਗੇ ਐਕਸਪੀਰੀਅੰਸ ਵਾਲੇ ਜਾਂ ਚੰਗੇ ਇੱਕ ਜੈਨੂਇਨ ਬੰਦੇ ਹੋ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਹੁਣ ਇਸ ਨੂੰ ਫਿਲ ਕਿਵੇਂ ਕਰਨਾ ਇਨਫੋਰਮੇਸ਼ਨ ਪੂਰੀ ਆਪਣੇ ਬਾਰੇ ਵਿੱਚ ਦੇਣੀ ਆ ਮੈਂ ਇਸ ਨੂੰ ਹਾਈਡ ਕਰ ਰਿਹਾ ਉਸ ਤੋਂ ਬਾਅਦ ਆਪਣਾ ਫੋਨ ਨੰਬਰ ਦੇਣਾ ਥੱਲੇ ਤੁਸੀਂ ਇਹਨੂੰ ਕਿੱਥੋਂ ਸੁਣਿਆ ਉਸ ਤੋਂ ਬਾਅਦ ਤੁਸੀਂ ਕਿਤੇ ਐਮਪਲਾਈ ਹੋ ਇਹਨਾਂ ਦੇ ਨਾਲ ਤੁਸੀਂ ਕਰਨਾ ਨੋ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਤੁਹਾਨੂੰ ਪੁੱਛਿਆ ਜਾਵੇਗਾ ਤੁਹਾਡਾ ਐਕਸਪੀਰੀਅੰਸ ਇਸ ਦੇ ਵਿੱਚ ਵਰਕ ਐਕਸਪੀਰੀਅੰਸ ਦੇ ਵਿੱਚ ਤੁਸੀਂ ਆਪਣਾ ਰੈਜ਼ਿ ਨੂੰ ਜਵਾਬ ਲੈਣ ਦੇ ਵਿੱਚ ਉਸ ਤੋਂ ਬਾਅਦ ਆਪਣੀ ਐਜੂਕੇਸ਼ਨ ਉਸ ਤੋਂ ਬਾਅਦ 스킬 ਇੱਥੇ ਤੁਸੀਂ ਐਡ ਐਕਸਟਰਾ 스킬 ਕਰ ਵੀ ਸਕਦੇ ਆ ਜਿਵੇਂ ਕਿ ਤੁਹਾਨੂੰ ਮਾਈਕਰੋਸਾਫਟ ਐਕਸਲ ਚਲਾਉਣਾ ਆ ਸਕਦਾ ਤਾਂ ਤੁਸੀਂ ਕਿਤੇ ਕੰਮ ਹੋਰ ਕੀਤਾ ਹੋ ਸਕਦਾ ਉਹ ਵਾਲਾ ਜੇ ਤੁਹਾਡੀ ਕੋਈ ਵੈਬਸਾਈਟ ਤੇ ਤੁਸੀਂ ਕਿਤੇ ਕੰਮ ਕਰਦੇ ਆ ਜਾਂ ਕਿਤੇ ਸੋਸ਼ਲ ਮੀਡੀਆ ਦਾ ਲਿੰਕ ਹੈਗਾ ਉਹ ਤੁਸੀਂ ਇੱਥੇ ਆਪਣੀਆਂ ਪ੍ਰੋਫਾਈਲ ਪ੍ਰੋਵਾਈਡ ਕਰ ਦੇਣੀ ਆ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇਹਦੇ ਵਿੱਚ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਫੁੱਲ ਟਾਈਮ ਵਰਕ ਕਰਨਾ ਚਾਹੁੰਦੇ ਆ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ 40 ਆਵਰ ਪਰ ਵੀਕ ਪੂਰੀਆਂ ਕੰਟਰੀਆਂ ਦੇ ਵਿੱਚ 160 ਘੰਟੇ ਇਧਰ ਬਾਹਰ ਲੀਆਂ ਕੰਟਰੀ ਇਸ ਕਰਕੇ ਤੁਸੀਂ ਪੂਰੀ ਜੌਬ ਜੇ ਲਓਗੇ ਤਾਂ ਤੁਹਾਡੇ ਪੈਸੇ ਵੀ ਵਧੀਆ ਬਣ ਸਕਦੇ ਆ 1 ਘੰਟੇ ਦੇ ਹੋਗੇ 20 ਡਾਲਰ 40 ਘੰਟਿਆਂ ਦੇ ਹੋਗੇ 800 ਡਾਲਰ ਤੇ ਤੁਹਾਡਾ 3200 3300 ਡਾਲਰ ਬਣ ਸਕਦਾ ਇਸ ਤੋਂ ਬਾਅਦ ਇਹਨਾਂ ਵੱਲੋਂ ਪੁੱਛਿਆ ਜਾਂਦਾ ਜਿੱਥੇ ਵੀ ਤੁਸੀਂ ਇਹ ਕੰਮ ਕਰਨਾ ਚਾਹੁੰਦੇ ਆ ਉਹ ਕੰਟਰੀ ਜਿੱਥੇ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਉੱਥੇ ਲੀਗਲ ਹੈ ਜਾਂ ਨਹੀਂ ਜਿਵੇਂ ਕਿ ਤੁਸੀਂ ਏਸ਼ੀਆ 'ਚ ਰਹਿੰਦੇ ਆ ਏਸ਼ੀਆ ਦੀ ਕਿਸੇ ਕੰਟਰੀ 'ਚ ਤੁਸੀਂ ਕਰਨਾ ਚਾਹੁੰਦੇ ਆ ਇੰਡੀਆ ਤੋਂ ਹੋ ਇੰਡੀਆ 'ਚ ਕਰਨਾ ਚਾਹੁੰਦੇ ਆ ਫਿਰ ਤੁਸੀਂ ਉੱਥੇ ਲੀਗਲ ਆ ਇੱਥੇ ਤੁਸੀਂ ਜਵਾਬ ਦੇਣਾ ਜੈਸ ਉਸ ਤੋਂ ਬਾਅਦ ਆਪਣੇ ਬਾਰੇ ਦੇ ਵਿੱਚ ਤੁਸੀਂ ਥੋੜਾ ਬਹੁ ਦੇਖ ਰਹੇ ਹਾਂ ਕਿਵੇਂ ਤੁਸੀਂ ਕੰਮ ਕਰਨ ਦੇ ਲਈ ਕਰ ਸਕਦੇ ਆ ਉਸ ਤੋਂ ਬਾਅਦ ਆਪਣਾ ਸ਼ਡਿਊਲ ਵੀ ਦੇ ਸਕਦੇ ਆ ਕਿੰਨੇ ਤੋਂ ਕਿੰਨੇ ਤੁਸੀਂ ਕੰਮ ਕਰ ਸਕਦੇ ਆ ਉਸ ਬੇਸ ਤੇ ਵੀ ਜੇ ਇਹਨਾਂ ਨੂੰ ਚੰਗਾ ਲੱਗੇ ਤਾਂ ਤੁਹਾਨੂੰ ਉਹ ਪ੍ਰੈਫਰ ਕਰ ਸਕਦੇ ਆ ਵੀਕਐਂਡ ਤੇ ਤੁਸੀਂ ਕੰਮ ਕਰ ਸਕਦੇ ਆ ਹੌਲੀਡੇ ਤੇ ਕੰਮ ਕਰ ਸਕਦੇ ਆ ਉਸ ਤੋਂ ਇਲਾਵਾ ਕਿਸ ਪੋਜੀਸ਼ਨ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਆ ਉਸ ਤੋਂ ਇਲਾਵਾ ਤੁਹਾਡੀ ਕੈਰੀਅਰ ਓਪਰਚ्युनिटी ਕੀ ਹੈ ਇਹ ਬੇ ਨੂੰ ਲੈ ਕੇ ਉਸ ਤੋਂ ਇਲਾਵਾ ਰਿਮੋਟ ਜੌਬਸ ਦਾ ਤੁਹਾਡਾ ਕੀ এনवायरमेंट ਹੋਵੇਗਾ ਤੁਸੀਂ ਆਪਣੇ ਬਾਰੇ ਵਿੱਚ ਪੂਰਾ ਲਿਖ ਸਕਦੇ ਆ ਕਿੱਦਾਂ ਕਿੱਦਾਂ ਤੁਸੀਂ ਇਹ ਜੌਬ ਕਰੋਗੇ ਇਹ ਸਾਰੇ ਸਕਿੱਲ ਬੇਸ ਤੁਹਾਡੇ ਜਿਹੜੇ ਕੁਐਸਚਨਸ ਹੈਗੇ ਨੇ ਤੁਸੀਂ ਆਪਣੇ ਵੇ ਦੇ ਨਾਲ ਫਿਲ ਕਰ ਸਕਦੇ ਆ ਉਸ ਤੋਂ ਬਾਅਦ ਨੈਕਸਟ ਤੁਹਾਡੀ ਆਇਡੈਂਟੀਟੀ ਦੇ ਬਾਰੇ ਵਿੱਚ ਸਾਰਾ ਕੁਝ ਦੇਖਿਆ ਜਾਏਗਾ ਠੀਕ ਆ ਜੋ ਵੀ ਤੁਸੀਂ ਇਹਨਾਂ ਨੂੰ ਫਿਲ ਕਰਕੇ ਭੇਜਦੇ ਆ ਤੁਸੀਂ ਆਪਣੀ ਆਇਡੈਂਟੀਟੀ ਦੱਸਣੀ ਆ ਜਿਵੇਂ ਕਿ ਤੁਹਾਡਾ ਜੈਂਡਰ ਕੀ ਆ ਮੇਲ ਫੀਮੇਲ ਉਸ ਤੋਂ ਬਾਅਦ ਕਿਹੜੀ ਤੁਹਾਡੇ ਕੋਲ ਆਇਡੈਂਟੀਟੀ ਹੈ ਉਸ ਤੋਂ ਬਾਅਦ ਆਪਣੇ ਸਟੇਟਸ ਦੇ ਬਾਰੇ ਵਿੱਚ ਲਿਖ ਸਕਦੇ ਆ ਜਿੱਦਾਂ ਜਿੱਦਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਆਇਡੈਂਟੀਟੀ ਦੇ ਬਾਰੇ ਵਿੱਚ ਉੱਥੇ ਤੁਸੀਂ ਈਬੇ ਦੇ ਅੱਗੇ ਐਗਰੀਮੈਂਟ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰਨਾ ਤਾਂ ਕਿ ਤੁਸੀਂ ਇਹ ਜੋ ਵੀ ਜੌਬ ਅਪਲਾਈ ਕਰ ਰਹੇ ਆ ਉਸ ਦਾ ਰਿਵਿਊ ਕੀਤਾ ਜਾ ਸਕੇ ਤੁਸੀਂ ਇੱਥੇ ਆਪਣਾ ਚੈੱਕ ਕਰ ਲੈਣਾ ਜੋ employer ID 30 ਨਹੀਂ ਹੋਣੀ ਤੁਹਾਡਾ ਨਾਮ ਆਉਣਾ ਉਸ ਤੋਂ ਬਾਅਦ ਡੇਟ ਆਉਣੀ ਹੈ ਜਿੱਦਣ ਤੁਸੀਂ ਅਪਲਾਈ ਕਰਦੇ ਆ ਇੱਥੋਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਸਾਰਾ ਕੁਝ ਲਿਖਿਆ ਹੁੰਦਾ ਜੋ ਵੀ ਤੁਸੀਂ ਅਪਲਾਈ ਕਰ ਰਹੇ ਆ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਚੀਜ਼ਾਂ ਸਾਰੀਆਂ ਲਿਖੀਆਂ ਹੋਈਆਂ ਵੀ ਕੀ ਕੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਹਾਨੂੰ ਕੋਈ ਨਹੀਂ ਹੋਣੀ ਚਾਹੀਦੀ ਜਾਂ ਇਸ਼ੂਸ ਤੁਹਾਨੂੰ ਮੈਡੀਕਲੀ ਨਹੀਂ ਹੋਣੇ ਚਾਹੀਦੇ ਤਾਂ ਕਿ ਤੁਸੀਂ ਲੌਂਗ ਟਰਮ ਦੇ ਨਾਲ ਇਹਨਾਂ ਦੇ ਨਾਲ ਕੰਮ ਕਰ ਸਕੋ ਜੇ ਨਹੀਂ ਤੁਸੀਂ ਕੋਈ ਆਨਸਰ ਦੇਣਾ ਚਾਹੁੰਦੇ ਆ ਆਪਣੀ ਬਾਰੇ ਦੇ ਵਿੱਚ ਫਿਰ ਤੁਸੀਂ ਇੱਥੇ ਕਲਿੱਕ ਕਰਕੇ ਨੈਕਸਟ ਤੇ ਕਲਿੱਕ ਕਰ ਦੇਣਾ ਤੇ ਇਹ ਤੁਹਾਡੀ ਜੌਬ ਦੇ ਲਈ ਅਪਲਾਈ ਹੋ ਜਾਏਗਾ ਉਸ ਤੋਂ ਬਾਅਦ ਤੁਹਾਨੂੰ ਈਮੇਲ 1.5 ਵੀਕ ਦੇ ਵਿੱਚ ਕਈਆਂ ਦੇ ਵਿੱਚ 24 ਘੰਟਿਆਂ ਦਾ ਪ੍ਰੋਸੈਸ ਵੀ ਆ ਕਈਆਂ ਦੇ ਵਿੱਚ 30 ਦਿਨਾਂ ਦਾ ਪ੍ਰੋਸੈਸ ਵੀ ਆ ਤੇ ਜੌਬ ਦੇ ਬਾਰੇ ਵਿੱਚ ਅੱਗੇ ਜੇ ਹੋਰ ਉਹਨਾਂ ਨੂੰ ਕੋਈ ਡਾਕੂਮੈਂਟ ਚਾਹੀਦੇ ਹੋਣਗੇ ਤੁਹਾਡੇ ਨਾਲ ਕੰਟੈਕਟ ਕਰਦੇ ਆ ਜੇ ਨਹੀਂ ਚਾਹੀਦੇ ਹੋਣਗੇ ਤੁਹਾਨੂੰ ਜੌਬ ਮਿਲ ਗਈ ਤਾਂ ਡਾਇਰੈਕਟ ਤੁਹਾਨੂੰ ਕਿਹਾ ਜਾਂਦਾ ਕਿ ਜੌਬ ਮਿਲ ਗਈ ਐ ਇੰਨੀ ਤਰੀਕ ਤੋਂ ਤੁਸੀਂ ਜੁਆਇਨ ਕਰ ਸਕਦੇ ਆ ਸਾਰੇ ਆਨਲਾਈਨ ਡਾਕੂਮੈਂਟ ਭੇਜੇ ਜਾਂਦੇ ਆ ਤੁਹਾਡੇ ਸਾਈਨ ਵਗੈਰਾ ਹੁੰਦੇ ਨੇ ਉਸ ਤੋਂ ਇਲਾਵਾ ਤੁਹਾਡੀ ਬੈਂਕ ਅਟੈਚ ਹੁੰਦੀ ਆ ਜਿਸ ਦੇ ਵਿੱਚ ਤੁਹਾਨੂੰ ਪੈਸੇ ਆਉਂਦੇ ਆ ਸਾਰਾ ਟੈਕਸਿੰਗ ਸਿਸਟਮ ਨੂੰ ਲੈ ਕੇ ਸਮਝਾਇਆ ਜਾਂਦਾ ਇਹਨਾਂ ਵੱਲੋਂ ਕਾਲ ਵੀ ਕੀਤੀ ਜਾਂਦੀ ਆ ਤੇ ਤੁਹਾਨੂੰ ਨਹੀਂ ਮਿਲਦੀ ਕਿਸ ਰੀਜ਼ਨ ਕਰਕੇ ਨਹੀਂ ਮਿਲ ਉਹ ਵੀ ਇਹਨਾਂ ਵੱਲੋਂ ਫੋਨ ਕਰਕੇ ਦੱਸ ਦਿੱਤਾ ਜਾਂਦਾ ਇਸ ਤਰ੍ਹਾਂ ਤੁਸੀਂ ਜੌਬ ਈਬੇ ਦੀਆਂ ਅਪਲਾਈ ਕਰ ਸਕਦੇ ਆ ਘਰ ਤੋਂ ਬੈਠ ਕੇ ਕੰਮ ਕਰ ਸਕਦੇ ਆ ਹੋਪਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਅੱਗੇ ਹੋਰ ਵੀਡੀਓਜ਼ ਵੀ ਆਉਣਗੀਆਂ ਜਿਹੜੀਆਂ ਕਿ ਐਮਾਜ਼ੋਨ ਐਪਲ ਕੰਪਨੀਆਂ ਜਾਂ ਹੋਰ ਵੱਡੀਆਂ ਕੰਪਨੀਆਂ ਦੇ ਨਾਲ ਜੌਬਸ ਅਪਲਾਈ ਕਿਵੇਂ ਕਰਨੀਆਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਆ ਹਿੰਦਾ 003 ਮੇਰੀ ਇੰਸਟਾਗ੍ਰam ਦੀ ਆਈਡੀਆ ਹੋਪਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ